Z5 ऐप डाउनलोड करो ते देखो पूरे एपिसोड बिल्कुल फ्री। वेलकम रणवीरपा जी, वेलकम रीता भी। पता कितना लग गया बाबू जी, सरोज आंटी ने दस्या से सानू। आ दिवाली वाली सजावट साडे आउंदी खुशी च। बीजी घर च नौ पुत वापस आए ने ओना दी आंदी खुशी विच। रीत, रणवीर अंदर आओ। आज वेलकम वेलकम वेलकम। भाई साडे एक्टर्स दा वेलकम करो। एक्टर्स कौन? एक्टर्स तेरी रीत भाभी ते रणवीर पाजी। ਕਿੰਨੀ ਵਧੀਆ ਐਕਟਿੰਗ ਕੀਤੀ ਇਹਨਾਂ ਨੇ ਘਰ ਛੱਡ ਕੇ ਜਾਣ ਦੀ। ਇੰਨੀ ਵਧੀਆ ਐਕਟਿੰਗ ਤਾਂ ਹੀਰੋ ਹੀਰੋਇਨ ਕੋਲੋਂ ਵੀ ਨਹੀਂ ਹੁੰਦੀ। ਰਣਵੀਰ ਜੀ, ਹੁਣ ਤੁਸੀਂ ਤਾੜੀਆਂ ਕਿਉਂ ਮਾਰ ਰਹੇ ਹੋ? ਮੈਂ ਤਾਂ ਸਾਡੇ ਸਾਰਿਆਂ ਲਈ ਕਲੈਪਿੰਗ ਕਰ ਰਿਹਾ। ਹੁਣ ਤੁਸੀਂ ਆਪ ਦੱਸੋ, ਸ਼ਨਾਇਆ ਵਰਗੀ ਇੰਨੀ ਵੱਡੀ ਨੈਸ਼ ਹੋਏ ਸੀ ਝੇਲ ਰਹੇ, ਕੋਈ ਸੌਖਾ ਕੰਮ ਥੋੜੀ ਹੈ। ਸ਼ਨਾਇਆ ਨੂੰ ਇਸ ਘਰ ਦੇ ਵਿੱਚ ਝੇਲਣਾ ਬਹੁਤ ਵੱਡੀ ਚੀਜ਼ ਹੈ। ਇਸ ਕਰਕੇ ਤਾਂ ਪੂਰੀ ਦੁਨੀਆ ਨੂੰ ਸਾਡੇ ਵਾਸਤੇ ਕਲੈਪਿੰਗ ਕਰਨੀ ਚਾਹੀਦੀ ਹੈ। ਕਿਉਂ ਬਾਬੂ ਜੀ? ਤਾੜੀਆਂ। ਸ਼ਨਾ, ਤੈਨੂੰ ਕੀ ਲੱਗਿਆ ਤੂੰ ਬਦਤਮੀਜ਼ੀਆਂ ਕਰਦੀ ਰਹੇਗੀ ਤੇ ਅਸੀਂ ਲੋਕ ਚੱਲਦੇ ਰਹਾਂਗੇ? No way. ਇੱਕ ਹੱਦ ਤੋਂ ਬਾਅਦ ਨਾ ਸ਼ਰੀਫ ਬੰਦਾ ਵੀ ਜਵਾਬ ਦਿੰਦਾ ਸ਼ਨਾ, ਤੇ ਉਹ ਜਵਾਬ ਨਾ ਬੜਾ ਕਰਾਰਾ ਹੁੰਦਾ। ਹੈਲੋ ਸਰ, ਤੁਸੀਂ ਕਾਲ ਕੀਤੀ ਸੀ ਕੋਈ ਅਰਜੈਂਟ ਕੰਮ? ਹੈਲੋ ਰਣਵੀਰ। ਕੀ ਹੈ ਸਰ? ਸੋਰੀ ਰਣਵੀਰ, ਮੈਂ ਗਲਤ ਸੀ, ਮੈਂ ਤੈਨੂੰ ਗਲਤ ਸਮਝਿਆ। ਉਦੋਂ ਜਿਹੜੇ ਪੈਸੇ ਤੂੰ ਲਏ ਹੀ ਨਹੀਂ ਸੀ, ਅਸੀਂ ਉਹ ਵੀ ਤੇਰੇ ਕੋਲੋਂ ਵਸੂਲ ਲਏ, ਪਰ ਉਹ ਗਲਤ ਸੀ। ਸੋ ਸਾਡੀ ਇਹ ਡਿਊਟੀ ਬਣਦੀ ਹੈ ਕਿ ਤੇਰੇ ਉਹ ਪੈਸੇ ਵਾਪਸ ਦਿੱਤੇ ਜਾਣ। ਪਲੀਜ਼ ਇਹ ਰੱਖ ਲੈ, ਤੇਰੇ ਪੈਸੇ ਨੇ। ਹੁਣੇ ਚੈੱਕ ਦਿੰਦਿਆਂ ਦੀ ਕੋਈ ਫੋਟੋ ਖਿੱਚੇਗਾ ਇੱਕ? ਹਾਂਜੀ ਸਰ, ਮੈਂ ਕਲਿੱਕ ਕਰ ਦਿੰਦੀ ਹਾਂ। ਰੀਤ ਭਾਬੀ,
ਤੁਸੀਂ ਵੀ ਆਓ ਨਾ। ਤੁਹਾਡਾ ਚੈੱਕ ਹੈ, ਤੁਸੀਂ ਮੈਨੂੰ ਕਿਉਂ ਦੇ ਰਹੇ ਹੋ? ਵੀ ਪਾੜੇ ਨੂੰ ਦੇਖ ਰਹੀ, ਪੈਸੇ ਹੋਣ ਜਾਂ ਕੋਈ ਹੋਰ ਚੀਜ਼ ਹੋਵੇ, ਤਾਂ ਸਾਡੇ ਦੋਵਾਂ ਦੀ ਆ ਨਾ, ਤੇਰੇ ਆ ਮੇਰੇ 'ਚ ਅੱਡ ਤਾਂ ਨਹੀਂ ਹੋ ਸਕਦੀ। ਗੱਲ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਪਰ ਮੈਂ ਕੀ ਕਰਾਂਗੀ ਇਹਨਾਂ ਪੈਸਿਆਂ ਦਾ? ਯਾ ਗੁੱਡ ਕੁਸ਼ਚਨ। ਤੂੰ ਕੰਮ ਕਰ, ਤੂੰ ਨਾ ਪੈਸੇ ਮਿਸਟਰ ਗਿੱਲ ਨੂੰ ਮੋੜ ਦੇ, ਐਟਲੀਸਟ ਉਹ ਤਾਂ ਸਾਡੇ ਪਿੱਛੋਂ ਲੱਥੇਗਾ। ਰੀਤ ਕੀ ਸੋਚ ਰਹੀ ਹੁਣ? ਚੱਲ ਤੂੰ ਹੁਣ ਮੈਨੂੰ ਫਟਾਫਟ ਪ੍ਰੋਮਿਸ ਕਰ, ਪ੍ਰੋਮਿਸ ਕਰ ਕਿ ਤੂੰ ਇਹ ਪੈਸੇ ਮਿਸਟਰ ਗਿੱਲ ਨੂੰ ਮੋੜ ਦੇਂਗੀ। ਪ੍ਰੋਮਿਸ ਕਰ। ਪ੍ਰੋਮਿਸ, ਪੈਸੇ ਦੇ ਦੇਵਾਂਗੀ। ਠੀਕ, ਹੁਣ ਇੱਕ ਕੰਮ ਕਰ, ਤੂੰ ਆਪਣਾ ਫੋਨ ਉਠਾ, ਹੁਣ ਹੀ ਕਾਲ ਲਾ ਮਿਸਟਰ ਗਿੱਲ ਨੂੰ, ਉਹਨੂੰ ਕਹਿ ਕਿ ਅਸੀਂ ਕੱਲ ਆ ਰਹੇ ਹਾਂ, ਉਹਨੂੰ ਉਹਦੇ ਪੈਸੇ ਮੋੜਨ ਲਈ। ਅਸੀਂ ਨਹੀਂ ਕੱਲੀ ਮੈਂ। ਬਟ ਰੀਤ ਕਿਉਂ? ਕੀ ਕਿਉਂ? ਮੈਂ ਤੁਹਾਡੀ ਗੱਲ ਮੰਨਦੀ ਹਾਂ ਨਾ, ਤੁਸੀਂ ਮੇਰੀ ਗੱਲ ਮੰਨੋ। ਓਕੇ, ਐਜ਼ ਯੂ ਵਿਸ਼। ਬਟ ਰੀਤ ਮੈਨੂੰ ਇੱਕ ਗੱਲ ਦੱਸ, ਤੂੰ ਮੈਨੂੰ ਆਪਣੇ ਨਾਲ ਲੈ ਕੇ ਕਿਉਂ ਨਹੀਂ ਜਾਣਾ ਚਾਹੁੰਦੀ? ਤੁਸੀਂ ਕੀ ਕਰੋਗੇ ਉਸ ਖੰਡਰ ਵਿੱਚ ਜਾ ਕੇ? ਚਲੋ ਮੇਰੀ ਮਜਬੂਰੀ ਹੈ, ਮੈਨੂੰ ਤਾਂ ਜਾਣਾ ਹੀ ਪੈਣਾ। ਮੈਂ ਇੱਕ 'ਚ ਮੈਨੂੰ ਇਹ ਸਮਝ ਨਹੀਂ ਆਉਂਦੀ ਗੱਲ ਕਿ ਉਹ ਮਿਸਟਰ ਗਿੱਲ ਹਰ ਵਾਰ ਮੈਨੂੰ ਉੱਥੇ ਕੀ ਬੁਲਾਉਂਦਾ। ਮੈਂ ਰੱਖਿਆ। ਇਹ ਮਿਸਟਰ ਗਿੱਲ ਹਰ ਵਾਰ ਉਸ ਖੰਡਰ ਵਿੱਚ ਹੀ ਕਿਉਂ ਬੁਲਾਉਂਦਾ ਹੈ ਰੀਤ ਨੂੰ? ਘਰ ਕਿੱਥੇ ਹੋਏਗਾ ਉਹਦਾ? ਥੋੜ੍ਹੀ ਇਨਵੈਸਟੀਗੇਸ਼ਨ ਤਾਂ ਕਰਨੀ ਹੈ ਇਹਦੇ ਬਾਰੇ, ਸੋ ਦੈਟ ਰੀਤ ਨੂੰ ਹੋਰ ਪਰੇਸ਼ਾਨੀ ਨਾ ਹੋ। ਮਤਲਬ ਇਹ ਕਿ ਕਾਰ ਇੱਥੇ ਸਹੀ ਸਲਾਮਤ ਪਹੁੰਚ ਗਈ। ਇੱਕ ਚਰੀਟ ਕੱਟ ਨਹੀਂ ਪਈ ਉਸ ਕਾਰ। ਹੈਲੋ ਹੈਲੋ ਹੋਲੋ ਛੱਡ, ਮੈਨੂੰ ਇਹ ਦੱਸ ਕਿ ਅੱਗੇ ਕੀ ਸਕੀਮ ਬਣਾਈ ਹੈ ਤੂੰ ਰੀਤ ਦਾ ਬੈਂਡ ਵਜਾਉਣ ਲਈ? ਕਿਹੜੀਆਂ ਸਕੀਮਾਂ? ਜਿਹੜੀਆਂ ਸਕੀਮਾਂ ਬਣਾਉਣੀਆਂ ਸੀ ਮੈਂ ਬਣਾ ਲਈਆਂ, ਹੁਣ ਮੇਰਾ ਦਿਮਾਗ ਨਹੀਂ ਚੱਲਦਾ। ਦਿਮਾਗ ਹੈ ਕਿੰਨਾ ਕੁ ਤੇਰੇ ਕੋਲ ਜਿਹੜਾ ਤੂੰ ਚਲਾਏਂਗਾ? Z5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ।